ਜੋ ਸਿਰਸਾ ਸਾਹਿਬ ਨੇ ਉੱਥੇ ਉਹ ਆਪਣਾ ਖੇਲ ਖੇਲਿਆ ਜੋ ਉਹਨਾਂ ਨੇ ਸਿੱਖ ਕੌਮ ਦਾ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਬਈ ਅਸੀਂ ਬੱਚੇ ਤੇ ਬੱਚੀ ਨੂੰ ਇੱਥੇ ਲਿਆਏ ਆ ਜੀ ਅਸੀਂ ਵਿਆਹ ਕਰ ਦਿੱਤਾ ਜੀ ਜਦ ਕਿ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਸਿਰਫ ਔਰ ਸਿਰਫ ਸਿਆਸਤ ਕੀਤੀ ਹੈ ਬਈ ਸਿਰਸਾ ਸਾਹਿਬ ਨੇ ਜੋ ਇੱਥੇ ਆ ਕੇ ਹਰਕਤ ਕੀਤੀ ਹੈ ਜੋ ਮੁਜ਼ਾਹਰੇ ਕੀਤੇ ਨੇ ਕਿਉਂਕਿ ਇਹ ਇੱਕ ਬੜੀ ਵੱਡੀ ਮੈਨੂਪਲੇਸ਼ਨ ਹੋਈ ਹੈ ਬੜਾ ਵੱਡਾ ਇੱਕ ਮੈਨੂਪਲੇਟਡ ਕੰਮ ਕੀਤਾ ਗਿਆ ਵੇ ਔਰ ਇੰਨੀ ਛੋਟੀ ਸੋਚ ਰੱਖ ਕੇ ਇੰਨਾ ਘਟੀਆ ਬਿਆਨ ਦੇਵੇ ਅਗਰ ਉਹਨਾਂ ਕੋਲ ਪਾਵਰ ਹੀ ਨਹੀਂ ਮੀਟਿੰਗ ਬੁਲਾਉਣ ਦੀ ਤਾਂ ਉਹ ਆਪਣੇ ਆਪ ਨੂੰ ਪ੍ਰਧਾਨ ਜਾਂ ਜਨਰਲ ਸੈਕਟਰੀ ਕਰਾਉਣ ਦੇ ਹੱਕਦਾਰ ਵੀ ਨਹੀਂ ਨੇ ਸਭ ਤੋਂ ਵੱਡਾ ਗੁਨਾਹ ਮਨਜਿੰਦਰ ਸਿੰਘ ਸਿਰਸਾ ਜੀ ਦਾ ਬਈ ਉਹਨਾਂ ਨੇ ਅਗਰ ਕੇਸ ਡਿਸਮਿਸ ਹੋਇਆ ਸੀ ਤਾਂ ਸੰਗਤ ਨੂੰ ਕਿਉਂ ਨਹੀਂ ਰੂਬਰੂ ਕਰਾਇਆ ਉਹਦੇ ਕਿਉਂ ਨਹੀਂ ਦੱਸਿਆ ਉਹ ਆ ਕੇ ਹਾਈਲਾਈਟ ਕਰਦਾ ਦੇਖੋ ਜੀ ਹਮਨੇ ਤੁੜਵਾ ਦਿਆ ਜੀ ਹਮਾਰੇ ਮੈਂਬਰ ਖੜੇ ਹੈ ਜੀ ਇਹ ਦੇਖੋ ਜੀ ਉਹ ਕਰ ਦਿਆ ਇਹ ਕਰ ਦਿਆ ਲੇਕਿਨ ਇੱਕ ਸਿੱਖ ਦਿੱਲੀ ਸੇ ਆਇਆ ਇਸ ਵਜ੍ਹਾ ਸੇ ਅਗਰ ਉਸਨੇ ਕੁਝ ਗਲਤ ਬਾਤ ਕੀ ਹੈ ਤਾਂ ਉਸਕੇ ਬਿਹਾਫ ਪੇ ਮੈਂ ਮਾਫੀ ਮੰਗਦਾ ਹਾਂ। ਸਿੱਖ ਨਿਊਜ਼ ਐਕਸਪ੍ਰੈਸ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਹਾਰਦਿਕ ਸਵਾਗਤ। ਗੱਲਬਾਤ ਕਰਾਂਗੇ ਸਰਦਾਰ ਪਰਮਜੀਤ ਸਿੰਘ ਜੀ ਖੁਰਾਨਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਦਿੱਲੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੀ ਵੀਰ ਜੀ ਜਿਹੜਾ ਆਪਣੇ ਕਸ਼ਮੀਰ ਦੀ ਜਰਨੀ ਰਹੀ ਹੈ ਉਹਦੇ ਵਿੱਚ ਉਹ ਲੜਕੀ ਸਿੱਖ ਲੜਕੀ ਨੇ ਜਿਹੜਾ ਧਰਮ ਆਪਣਾ ਤਬਦੀਲ ਕੀਤਾ ਉਹਦੇ ਬਾਰੇ ਤੁਹਾਡਾ ਕੀ ਖਿਆਲ ਆ, ਕੀ ਕਹਿਣਾ? ਦੇਖੋ ਵੀਰ ਜੀ, ਪਹਿਲੀ ਗੱਲ ਤਾਂ ਹੈ ਵੀ ਅਸੀਂ ਔਰ ਸਾਡੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਟੀਮ ਜਿਹੜੀ ਹੈ ਸਰਦਾਰ ਪਰਮਜੀਤ ਸਿੰਘ ਸਰਨਾ ਜੀ ਦੀ ਅਗਵਾਈ ਜਿਹੜੀ ਉੱਥੇ ਗਈ ਹੈ, ਅਸੀਂ ਉੱਥੇ ਕੋਈ ਸਿਆਸਤ ਕਰਨ ਨਹੀਂ ਗਏ ਸਾਂ, ਅਸੀਂ ਕੋਈ ਉੱਥੇ ਪੋਲੀਟਿਕਸ ਔਰ ਕੋਈ ਰਾਜਨੀਤੀ ਕਰਨ ਨਹੀਂ ਗਏ ਸਾਂ। ਅਸੀਂ ਆਪਣਾ ਸਿੱਖ ਕੌਮ ਲਈ, ਸਿੱਖ ਪੰਥ ਲਈ, ਸਿੱਖਾਂ ਲਈ ਇੱਕ ਆਪਣਾ ਫਰਜ਼ ਅਦਾ ਕਰਨ ਗਏ ਸਾਂ। ਸਾਨੂੰ ਫਖਰ ਹੈ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਦਾ ਸਦਕਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਅਤੇ ਉਹਨਾਂ ਦੀ ਸਾਰੀ ਟੀਮ ਜੋ ਕਿ ਅਸੀਂ ਉਹਨਾਂ ਦੇ ਨਾਲ ਗਏ ਸਾਂ, ਅਸੀਂ ਬਖੂਬੀ ਆਪਣਾ ਫਰਜ਼ ਉੱਥੇ ਅਦਾ ਕੀਤਾ ਹੈ। ਜਦੋਂ ਆਪ ਜੀ ਉੱਥੇ ਪਹੁੰਚੇ ਉਦੋਂ ਮਾਹੌਲ ਕੀ ਹੋਇਆ ਸੀ, ਉੱਥੇ ਕੀ ਬਣਿਆ ਸੀ ਮਾਹੌਲ ਜੀ? ਦੇਖੋ ਜੀ, ਅਸੀਂ ਜਦੋਂ ਉੱਥੇ ਪਹੁੰਚੇ ਹਾਂ ਤਾਂ ਸਭ ਤੋਂ ਪਹਿਲੇ ਏਅਰਪੋਰਟ 'ਤੇ ਸਾਡੇ ਉੱਥੇ ਦੇ ਜਿਹੜੇ ਸਿੱਖ ਵੀਰ ਨੇ, ਜਿਹੜੇ ਉੱਥੇ ਯੂਥ ਵਾਲੇ ਨੇ, ਪਹਿਲੇ ਤਾਂ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗਾ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਸਾਡਾ ਦਿਲ ਖੋਲ੍ਹ ਕੇ ਸਾਡਾ ਉੱਥੇ ਸਵਾਗਤ ਕੀਤਾ ਔਰ ਜੈਕਾਰਿਆਂ ਦੀ ਗੂੰਜ ਦੇ ਵਿੱਚ ਜਦੋਂ ਸਾਨੂੰ ਏਅਰਪੋਰਟ ਤੋਂ ਗੁਰਦੁਆਰਾ ਛੱਟੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦਾ ਗੁਰਦੁਆਰੇ ਅਸੀਂ ਗਏ, ਉੱਥੇ ਦਰਸ਼ਨ ਕੀਤੇ, ਅਰਦਾਸ ਕੀਤੀ ਔਰ ਮਾਤਾ ਭਾਗਪਰੀ ਦੇ ਵੀ ਉੱਥੇ ਸਥਾਨ ਦੇ ਉੱਤੇ ਅਸੀਂ ਮੱਥਾ ਟੇਕ ਕੇ ਅਰਦਾਸ ਕਰਕੇ ਜਦੋਂ ਉੱਥੇ ਦੇਖਿਆ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਸਿੱਖ ਜਥੇਬੰਦੀਆਂ ਔਰ ਸਿੱਖ ਯੂਥ ਵੀਰਾਂ ਨੇ ਜਿਹਦਾ ਕਿ ਮੈਂ ਪਹਿਲੇ ਵੀ ਧੰਨਵਾਦ ਕਰ ਚੁੱਕਾ, ਉਹਨਾਂ ਨੇ ਸਾਨੂੰ ਉੱਥੇ ਸਾਰੇ ਹਾਲਾਤ ਦੱਸੇ ਗੁਰਦੁਆਰਾ ਸਾਹਿਬ ਵਿੱਚ ਔਰ ਫਿਰ ਉਸ ਤੋਂ ਬਾਅਦ ਸਰਨਾ ਸਾਹਿਬ ਨੇ ਵੀ ਆਪਣੇ ਹਾਲਾਤ ਉਹਨਾਂ ਨੂੰ ਜੋ ਬਿਆਨ ਦੱਸੇ। ਫਿਰ ਅਸੀਂ ਸਾਰਿਆਂ ਨੇ ਉੱਥੋਂ ਹੀ ਅਸੀਂ ਉਹ ਬੱਚੀ ਜਿਹੜੀ ਮਨਮੀਤ ਕੌਰ ਹੈ ਉਹਦੇ ਘਰ ਜਾਣ ਦਾ ਫੈਸਲਾ ਕੀਤਾ, ਸਾਡੀ ਸਾਰੀ ਟੀਮ ਔਰ ਉੱਥੇ ਕੁਛ ਜਿਹੜੇ ਸੰਗਤ ਦੇ ਬੰਦੇ ਸੀ, ਜਿਹੜੇ ਸਿੱਖ ਯੂਥ ਸੀ, ਉਹਨਾਂ ਨੇ ਅਸੀਂ ਸਾਰੇ ਮਿਲ ਕੇ ਅਸੀਂ ਉਹਨਾਂ ਦੇ ਘਰ ਗਏ, ਪਰਿਵਾਰ ਦੇ ਘਰ, ਉੱਥੇ ਦੇ ਹਾਲਾਤ ਦੇਖੇ, ਬੱਚੀ ਨਾਲ ਜਦੋਂ ਗੱਲਬਾਤ ਕੀਤੀ ਔਰ ਪਤਾ ਨਹੀਂ ਉਸ ਵੇਲੇ ਕੀ ਐਸਾ ਮਾਹੌਲ ਬਣਿਆ, ਮੇਰੀ ਆਪ ਬੜੀ ਹੈਰਾਨਗੀ ਹੈ ਕਿਉਂਕਿ ਅਸੀਂ ਨਾ ਕਈ ਵਾਰੀ ਕਹਿੰਦੇ ਹਾਂ ਸੱਚੇ ਪਾਤਸ਼ਾਹ ਆਪ ਬਿਰਾਜਮਾਨ ਰਹਿਣਾ, ਲੇਕਿਨ ਸਾਡੇ ਮਨ ਦੇ ਅੰਦਰ ਵਿਸ਼ਵਾਸ ਨਹੀਂ ਹੁੰਦਾ। ਲੇਕਿਨ ਉੱਥੇ ਮੈਂ ਇੱਕ ਐਸਾ ਕੋਤਕ ਦੇਖਿਆ ਵੇ ਬਈ ਸਰਦਾਰ ਪਰਮਜੀਤ ਸਿੰਘ ਸਰਨਾ ਜੀ ਜਦੋਂ ਉਸ ਬੱਚੀ ਨਾਲ ਗੱਲ ਕਰ ਰਹੇ ਸੀ ਤਾਂ ਅਚਾਨਕ ਉਹਨਾਂ ਨੇ ਬੱਚੀ ਦੇ ਸਿਰ ਦੇ ਉੱਤੇ ਹੱਥ ਰੱਖਿਆ ਔਰ ਸ਼ਬਦ ਪੜ੍ਹੇ, ਸ਼ਬਦ ਪੜ੍ਹ ਕਰਨ ਤੋਂ ਬਾਅਦ ਉਸ ਤੋਂ ਬਾਅਦ ਫਿਰ ਉਹਨਾਂ ਨੇ ਚੌਪਾਈ ਸਾਹਿਬ ਦਾ ਪਾਠ ਕੀਤਾ, ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਔਰ ਮੈਂ ਸਮਝਦਾ ਵਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਾਂ ਗੁਰੂ ਸਾਡੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਸ ਵੇਲੇ ਉੱਥੇ ਬਿਰਾਜਮਾਨ ਸੀ ਔਰ ਉਹਨਾਂ ਨੇ ਸਰਨਾ ਸਾਹਿਬ ਨੇ ਹੱਥ ਰੱਖ ਕੇ ਜਦੋਂ ਪਾਠ ਕਰਕੇ ਅਰਦਾਸ ਕੀਤੀ ਤਾਂ ਉਸ ਵੇਲੇ ਉਹ ਸਾਰਾ ਮਾਹੌਲ ਹੀ ਬਦਲ ਗਿਆ। ਸਰਨਾ ਸਾਹਿਬ ਦੇ ਵਰਡਿੰਗ ਨੇ ਬਈ ਤਕਰੀਬਨ 70% ਕਹਿੰਦੇ, ਮੇਰਾ ਦਿਲ ਕਹਿੰਦਾ ਵੀ ਉਸ ਵੇਲੇ ਸਾਰਾ ਕੁਝ ਮਾਮਲਾ ਜਿਹੜਾ ਉਹ ਕਨਵਰਟ ਹੋ ਗਿਆ ਸੀ, ਬਈ ਜਿਹੜਾ ਹਾਲਾਤ ਬਹੁਤ ਅੱਛੇ ਤਰੀਕੇ ਨਾਲ ਹੋ ਗਏ ਸੀ। ਉਸ ਤੋਂ ਬਾਅਦ ਅਸੀਂ ਉੱਥੇ ਜਿਹੜੇ ਉੱਥੇ ਦੇ ਮੌਲਵੀ ਹੈਗੇ ਨੇ, ਮੀਰ ਵਾਈਜ਼ ਹੈਗੇ ਨੇ, ਉਹਨਾਂ ਦਾ ਗਰੁੱਪ ਸੀ, ਉਹਨਾਂ ਨਾਲ ਸਾਡੀ ਮੀਟਿੰਗ ਹੋਈ, ਬੜੇ ਅੱਛੇ ਮਾਹੌਲ 'ਚ ਮੀਟਿੰਗ ਹੋਈ। ਸਰਨਾ ਸਾਹਿਬ ਨੇ ਜਿਹੜੀ ਇੱਕੋ ਗੱਲ ਕਹੀ ਸੀ ਬਈ ਅਸੀਂ ਇੱਥੇ ਮਾਈਨੋਰਟੀ 'ਚ ਹਾਂ, ਤੁਸੀਂ ਇੱਥੇ ਮੈਜੋਰਟੀ 'ਚੋਂ ਔਰ ਪੂਰੇ ਹਿੰਦੁਸਤਾਨ 'ਚ ਤੁਸੀਂ ਵੀ ਮਾਈਨੋਰਟੀ ਔਰ ਅਸੀਂ ਮਾਈਨੋਰਟੀ ਹਾਂ, ਸਾਡੀ ਸਿੱਖ ਕੌਮ ਵੀ ਜਿਹੜੀ ਹੈ ਔਰ ਇੱਕ ਮਾਈਨੋਰਟੀ ਵਾਲੇ ਮੈਜੋਰਟੀ ਵਾਲਿਆਂ ਦੇ ਕੋਲ ਕਿਵੇਂ ਉਹਨਾਂ ਦਾ ਦਬਾਅ ਹੁੰਦਾ ਹੈ ਇਹ ਸਾਰੇ ਜਾਣਦੇ ਹੋ, ਤੁਸੀਂ ਵੀ ਜਾਣਦੇ ਹੋ, ਅਸੀਂ ਵੀ ਜਾਣਦੇ ਹਾਂ। ਬਖੂਬੀ ਇਸ ਗੱਲ ਦੀ ਹੈ ਵੀ ਤੁਸੀਂ ਅਗਰ ਵੱਡਾ ਭਰਾ ਬਣ ਕੇ ਸਾਡੇ ਨਾਲ ਸਾਡਾ ਹੱਥ ਵੰਡਾਓ ਜਿਵੇਂ ਅਸੀਂ ਤੁਹਾਡੇ ਨਾਲ ਕੀਤਾ ਸੀ ਜਦੋਂ ਤੁਹਾਡੀ ਬੱਚੀਆਂ ਪੂਨੇ ਤੋਂ ਤਮਿਲਨਾਡੂ ਤੋਂ, ਤੁਹਾਨੂੰ ਯਾਦ ਹੈ ਜਦੋਂ CAA ਲਾਗੂ ਹੋਇਆ ਸੀ ਤਾਂ ਉਸ ਬੱਚਿਆਂ ਨੂੰ ਸਾਡੇ ਸਿੱਖ ਵੀਰ ਜਿਹੜੇ ਕਿ ਅਲੱਗ ਅਲੱਗ ਇਲਾਕਿਆਂ ਤੋਂ ਸੀ, ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ ਵੀ ਉਹਨਾਂ ਨੇ ਜਿਹੜਾ ਇੱਥੇ ਇਸ ਕਸ਼ਮੀਰ ਦੇ ਵਿੱਚ ਬੱਚਿਆਂ ਨੂੰ ਲਿਆ ਕੇ ਇੱਕ ਇੱਕ ਘਰ ਦੇ ਵਿੱਚ ਛੋੜ ਕੇ ਆਏ ਸੀ, ਜਿਹਦਾ ਕ੍ਰੈਡਿਟ ਅੱਜ ਵੀ ਉਹ ਇਨਸਾਨ ਉਹ ਸ਼ਖਸ ਬਿਨਾਂ ਵਜ੍ਹਾ ਲੈ ਰਿਹਾ ਜਿਹਦੀ ਆਦਤ ਹੈ ਮੈਂ ਹਮੇਸ਼ਾ ਪੋਲੀਟਿਕਸ ਕਰਨ ਦੀ। ਮੈਂ ਗੱਲ ਕਰ ਰਿਹਾ ਮਨਜਿੰਦਰ ਸਿੰਘ ਸਿਰਸਾ ਦੀ। ਤੁਸੀਂ ਇਹ ਮਨਜਿੰਦਰ ਸਿੰਘ ਸਿਰਸਾ ਦੀ ਗੱਲ ਕੀਤੀ ਆ,
ਉਹ ਉਹਨਾਂ ਦੇ ਰੋਲ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਆ? ਕਿਉਂਕਿ ਉਹਨਾਂ ਬੱਚੀ ਨੂੰ ਲੜਕੀ ਨੂੰ ਦਿੱਲੀ ਲੈ ਕੇ ਆਏ ਆ ਅਤੇ ਉਹਨਾਂ ਦਾ ਕਹਿਣਾ ਵੀ ਮੈਂ ਇਹਨਾਂ ਨੂੰ ਸੈਟਲ ਵੀ ਕਰਾਂਗਾ ਅਤੇ ਇਹਨਾਂ ਨੂੰ ਜੋਬ ਵੀ ਦਿਆਂਗਾ। ਦੇਖੋ ਇਹ ਉਹਨਾਂ ਦੀਆਂ ਪੁਰਾਣੀਆਂ ਆਦਤਾਂ ਨੇ, ਨਵੀਆਂ ਆਦਤਾਂ ਨਹੀਂ। ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ ਵਾ, ਉਹ ਪੋਲੀਟੀਸ਼ੀਅਨ ਹੈਗੇ ਨੇ, ਪੋਲੀਟੀਸ਼ੀਅਨ ਜਿਹੜਾ ਬੰਦਾ ਆਉਂਦਾ ਨਾ ਉਹ ਹਮੇਸ਼ਾ ਹਰ ਚੀਜ਼ 'ਚ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦਾ। ਸਰਨਾ ਸਾਹਿਬ ਔਰ ਸਾਡੀ ਟੀਮ ਜਿਹੜੀ, ਅਸੀਂ ਸਾਰੇ ਧਾਰਮਿਕ ਬੰਦੇ ਹਾਂ, ਸਾਡੇ ਧਾਰਮਿਕ ਖਿਆਲਾਤ ਨੇ, ਅਸੀਂ ਪਰਮਾਤਮਾ ਕੋਲ ਡਰਨ ਵਾਲੇ ਬੰਦੇ ਹਾਂ। ਜਦੋਂ ਅਸੀਂ ਉੱਥੋਂ ਬੱਚੀ ਦੇ ਕੋਲ ਗਏ, ਉਸ ਤੋਂ ਬਾਅਦ ਜਦੋਂ ਸਾਡੀ ਮੌਲਵੀਆਂ ਨਾਲ ਉੱਥੇ ਜਿਹੜੇ ਉੱਥੇ ਦੇ ਲੋਕਲ ਲੋਕ ਉਹਨਾਂ ਨਾਲ ਮੀਟਿੰਗ ਹੋਈ, ਉਸ ਤੋਂ ਬਾਅਦ ਅਸੀਂ ਗਵਰਨਰ ਸਾਹਿਬ ਕੋਲ ਟਾਈਮ ਲਿਆ, ਅਸੀਂ ਗਵਰਨਰ ਸਾਹਿਬ ਕੋਲ ਟਾਈਮ ਲਿਆ। ਟਾਈਮ ਲੈ ਕੇ ਜਦੋਂ ਅਸੀਂ ਉੱਥੇ ਇੱਕ ਜਗ੍ਹਾ ਹੈਗੀ ਹੈ ਜਿਹੜੀ ਸਿੱਖ ਕਮਿਊਨਿਟੀ ਦੇ ਨਾਮ 'ਤੇ ਹੈਗੀ ਹੈ, ਕੋਈ 85 ਕਨਾਲ ਜਗ੍ਹਾ ਹੈਗੀ ਹੈ, 85 ਏਕੜ ਦੇ ਗਰੀਬ ਜਗ੍ਹਾ ਹੈਗੀ ਹੈ, ਉਸ ਦਾ ਵੀ ਕੁਛ ਮਸਲਾ ਸੀ ਜਿਹੜਾ ਅਸੀਂ ਗਵਰਨਰ ਸਾਹਿਬ ਦੇ ਨਾਲ ਰੱਖਿਆ। ਔਰ ਸਭ ਤੋਂ ਵੱਡੀ ਗੱਲ ਜਿਹੜੀ, ਉੱਥੇ ਇਸ ਟਾਈਮ ਜਿਹੜੇ ਸਾਡੇ ਸਿੱਖ ਵੀਰ ਨੇ ਉਹਨਾਂ ਵਾਸਤੇ ਜਿਹੜੇ ਉਹਨਾਂ ਦੇ ਕੰਮਾਂ ਦੀ ਜਾਂ ਨੌਕਰੀਆਂ ਦੀ ਪ੍ਰੋਬਲਮ ਚੱਲ ਰਹੀ, ਉਹ ਵੀ ਅਸੀਂ ਡਿਸਕਸ ਗਵਰਨਰ ਸਾਹਿਬ ਨਾਲ ਕੀਤੀ, ਉੱਥੇ ਆਪਣੀ ਮੰਗ ਵੀ ਰੱਖੀਆਂ ਕਈ। ਇਸ ਤੋਂ ਇਲਾਵਾ ਹੋਰ ਵੀ ਰਾਤੀ ਤਕਰੀਬਨ ਸਾਨੂੰ 12 ਵਜੇ ਦੇ ਕਰੀਬ ਫੋਨ ਆਇਆ, ਬਈ ਅਸੀਂ ਇੱਕ ਸਿੱਖ ਵੀਰ ਨੂੰ ਜਿਹੜਾ ਕਿ ਪਹਿਲੇ ਉਹਨਾਂ ਨਾਲ ਗੱਲ ਚੱਲ ਰਹੀ ਸੀ ਉਸ ਨੂੰ ਮਨਾ ਲਿਆ ਬਈ, ਔਰ ਬੱਚੀ ਨੂੰ ਵੀ ਮਨਾ ਲਿਆ ਵੀ ਉਹ ਉਹਦੇ ਨਾਲ ਆਨੰਦ ਕਾਰਜ ਕਰਨ ਨੂੰ ਤਿਆਰ ਹੈ। ਸਵੇਰੇ ਤਕਰੀਬਨ 6:30 ਵਜੇ ਦੇ ਕਰੀਬ ਸਾਡੇ ਜਿਹੜੇ ਸਿੱਖ ਯੂਥ ਦੇ ਵੀਰ ਨੇ ਉਹ ਉਸ ਮੁੰਡੇ ਨੂੰ, ਉਸ ਲੜਕੇ ਨੂੰ ਲੈ ਕੇ ਸਾਡੇ ਹੋਟਲ 'ਚ ਆ ਗਏ। ਔਰ ਤੁਸੀਂ ਦੇਖਿਆ ਵੀ ਹੋਣਾ ਵੀ ਉਹਨਾਂ ਨੇ ਉੱਥੇ ਆ ਕੇ ਸਰਨਾ ਸਾਹਿਬ ਦੇ ਨਾਲ ਗਏ ਨੇ, ਔਰ ਉੱਥੋਂ ਦੀ ਤਕਰੀਬਨ 1.5 ਘੰਟੇ ਦਾ ਰਸਤਾ ਸੀ ਗੁਰਦੁਆਰਾ ਸ਼ਾਦੀ ਮਰਗ ਜਗ੍ਹਾ ਪੁਲਵਾਮਾ ਦੇ ਵਿੱਚ, ਜਿੱਥੇ ਸਾਹਿਬ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ, 6ਵੀਂ ਪਾਤਸ਼ਾਹੀ ਨੇ ਉੱਥੇ ਸਭ ਤੋਂ ਪਹਿਲੇ ਉੱਥੇ ਚਰਨ ਪਾਏ ਸੀ। ਉਸ ਗੁਰਦੁਆਰੇ 'ਚ ਅਸੀਂ ਉਸ ਬੱਚੀ ਦਾ, ਸਾਡੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਪੂਰੀ ਟੀਮ ਨੇ ਉੱਥੇ ਉਹਨਾਂ ਦਾ ਆਨੰਦ ਕਾਰਜ ਕਰਵਾਇਆ। ਉਸ ਤੋਂ ਬਾਅਦ ਸਾਡੀ ਇੱਕ ਪ੍ਰੈਸ ਕਾਨਫਰੰਸ ਸੀ ਸ਼੍ਰੀਨਗਰ ਲਾਲ ਚੌਕ ਦੇ ਵਿੱਚ, ਅਸੀਂ ਸਾਰੇ ਜਲਦੀ ਦੇ ਵਿੱਚ ਉੱਥੇ ਚਲੇ ਗਏ, ਔਰ ਜਾਣਾ ਵੀ ਸੀ। ਉਸ ਤੋਂ ਬਾਅਦ ਅਸੀਂ ਜਿਹੜਾ ਸਾਡਾ, ਜੋ ਸਾਡਾ ਸੋਚ ਸੀ, ਜੋ ਸਾਡਾ ਬੀੜਾ ਸੀ, ਜੋ ਸਾਡਾ ਕੰਮ ਸੀ, ਉਹ ਇਹ ਸੀ ਵੀ ਕਿਸੇ ਤਰੀਕੇ ਅਸੀਂ ਸਿੱਖ ਬੱਚੀ ਨੂੰ ਜੋ ਉਹਦੇ ਨਾਲ ਪਿਛਲੇ ਦਿਨਾਂ 'ਚ ਅਨਿਆਏ ਹੋਇਆ, ਉਸ ਨੂੰ ਅਨਿਆਏ ਨੂੰ ਅਸੀਂ ਹਟਾ ਕੇ ਉਸ ਤੋਂ ਦੂਰ ਕਰਕੇ ਅਸੀਂ ਉਸ ਸਿੱਖ ਬੱਚੀ ਦਾ ਆਨੰਦ ਕਾਰਜ ਗੁਰਸਿੱਖ ਪਰਿਵਾਰ ਦੇ ਬੱਚੇ ਨਾਲ ਕਰਵਾਉਣਾ ਸੀ, ਕਰਵਾ ਦਿੱਤਾ। ਜੋ ਸਿਰਸਾ ਸਾਹਿਬ ਨੇ ਉੱਥੇ ਉਹ ਆਪਣਾ ਖੇਲ ਖੇਲਿਆ, ਜੋ ਉਹਨਾਂ ਨੇ ਸਿੱਖ ਕੌਮ ਦਾ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ, ਉੱਥੋਂ ਬੱਚੀ ਨੂੰ ਸਿੱਧਾ ਹੋਟਲ 'ਚ ਲੈ ਗਏ, ਆਪਣੇ ਹੋਟਲ ਤੋਂ ਲੈ ਕੇ ਫਟਾਫਟ ਏਅਰਪੋਰਟ 'ਤੇ ਲੈ ਗਏ, ਟਿਕਟਾਂ ਬੁੱਕ ਕਰਾਈਆਂ ਉਹਦੀਆਂ, ਜਦਕਿ ਇਹ ਇੱਕ ਬੜਾ ਵੱਡਾ ਡਰਾਮਾ ਕੀਤਾ ਗਿਆ ਵੇ। ਏਅਰਪੋਰਟ ਤੋਂ ਲਿਜਾ ਕੇ ਜੋ ਉਹਨਾਂ ਨੇ ਦਿੱਲੀ ਏਅਰਪੋਰਟ 'ਤੇ ਆ ਕੇ ਜੋ ਜਾਂ ਗੁਰਦੁਆਰਾ ਬੰਗਲਾ ਸਾਹਿਬ ਲਿਜਾ ਕੇ ਉੱਥੋਂ ਲਾਈਵ ਵਿੱਚ ਇਹ ਗੱਲ ਕਹੀ ਨੇ, ਬਈ ਅਸੀਂ ਬੱਚੇ ਅਤੇ ਬੱਚੀ ਨੂੰ ਇੱਥੇ ਲਿਆਏ ਹਾਂ ਜੀ, ਅਸੀਂ ਵਿਆਹ ਕਰ ਦਿੱਤਾ ਜੀ, ਜਦਕਿ ਉਹਨਾਂ ਨੇ ਕੁਛ ਵੀ ਨਹੀਂ ਕੀਤਾ, ਉਹਨਾਂ ਨੇ ਸਿਰਫ ਔਰ ਸਿਰਫ ਸਿਆਸਤ ਕੀਤੀ ਹੈ। ਤੁਸੀਂ ਦੇਖੋ ਕੱਲ੍ਹ ਦੀਆਂ ਜਿਹੜੀਆਂ ਨਿਊਜ਼ ਚੈਨਲ ਹੈਗੀਆਂ ਕਸ਼ਮੀਰ ਦੀਆਂ ਔਰ ਜਿਹੜੇ ਨੈਸ਼ਨਲ ਚੈਨਲ ਨੇ, ਉਹਦੇ ਵਿੱਚ ਇੱਕ ਬਹੁਤ ਵੱਡਾ ਰੋਸ਼ ਉੱਥੇ ਪ੍ਰਗਟ ਕੀਤਾ ਜਾ ਰਿਹਾ ਵੇ, ਬਈ ਸਿਰਸਾ ਸਾਹਿਬ ਨੇ ਜੋ ਇੱਥੇ ਆ ਕੇ ਹਰਕਤ ਕੀਤੀ ਹੈ, ਜੋ ਮੁਜ਼ਾਹਰੇ ਕੀਤੇ ਨੇ, ਮੁਜ਼ਾਹਰਾ ਕਰਨਾ ਚਾਹੀਦਾ ਸੀ ਸਾਨੂੰ, ਸਾਡੇ ਸਿੱਖ ਨੌਜਵਾਨਾਂ ਵੀਰਾਂ ਦੇ ਅੰਦਰ ਜਿਹੜੇ ਦਿਲ ਦੇ ਅੰਦਰ ਜੋ ਦਰਦ ਸੀ, ਜੋ ਉਹਨਾਂ ਦੇ ਅੰਦਰ ਪਰੇਸ਼ਾਨੀ ਸੀ, ਉਹ ਉੱਥੇ ਛਲਕ ਰਹੀ ਸੀ, ਲੇਕਿਨ ਸਿਰਸਾ ਸਾਹਿਬ ਨੇ ਉਹਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਹ ਇੱਕ ਬੜੀ ਵੱਡੀ ਮੈਨੂਪਲੇਸ਼ਨ ਹੋਈ ਹੈ, ਬੜਾ ਵੱਡਾ ਇੱਕ ਮੈਨੂਪਲੇਟਿਡ ਕੰਮ ਕੀਤਾ ਗਿਆ ਵੇ। ਤੁਸੀਂ ਦੇਖੋ ਵੀ ਉੱਥੇ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਬਡਗਾਮ ਦੀ, ਸਰਦਾਰ ਸੰਤਪਾਲ ਸਿੰਘ ਜੀ ਸ਼ਾਇਦ ਉਹਦੇ ਪ੍ਰਧਾਨ ਨੇ, ਮੈਂ ਉਹਨਾਂ ਦਾ ਕੱਲ੍ਹ ਬਿਆਨ ਵੀ ਸੁਣ ਰਿਹਾ ਸਾ ਸੰਤਪਾਲ ਜੀ ਦਾ, ਜੋ ਉਹਨਾਂ ਨੇ ਬਿਆਨ ਦਿੱਤਾ, ਮੈਂ ਕਹਿੰਦਾ ਇੱਕ ਗੁਰਦੁਆਰੇ ਦਾ ਪ੍ਰਧਾਨ ਹੋਵੇ ਔਰ ਇੰਨੀ ਛੋਟੀ ਸੋਚ ਰੱਖ ਕੇ ਇੰਨਾ ਘਟੀਆ ਬਿਆਨ ਦੇਵੇ, ਬਈ ਮੈਂ ਸਿਰਸਾ ਸਾਹਿਬ ਨੇ ਸਭ ਕੁਝ ਕੀਤਾ ਜੀ, ਸਿਰਸਾ ਸਾਹਿਬ ਨੇ ਵਿਆਹ ਕੀਤਾ। ਸੰਗਤ ਜਾਣਦੀ ਹੈ, ਦੁਨੀਆ ਜਾਣਦੀ ਹੈ, ਸਭ ਤੋਂ ਵੱਡੀ ਗੱਲ ਵਾਹਿਗੁਰੂ ਸੱਚਾ ਪਾਤਸ਼ਾਹ ਆਪ ਜਾਣਦਾ ਜੋ ਸਰਨਾ ਸਾਹਿਬ ਨੇ ਉੱਥੇ ਰੋਲ ਪਲੇਅ ਕੀਤਾ ਵੇ। ਉਹਨਾਂ ਨੇ ਉਸ ਤੋਂ ਬਾਅਦ ਕੁਛ ਉੱਥੇ ਇੱਕ ਬਿਜ਼ਨਸਮੈਨ ਹੈਗੇ ਨੇ ਜਿਹੜੇ ਵੱਡੇ, ਉਹਨਾਂ ਨੇ ਵੀ ਉਹਨਾਂ ਦੇ ਨਾਲ ਲੱਗ ਕੇ, ਕਿਉਂਕਿ ਹਰ ਇੱਕ ਨੂੰ, ਕਈਆਂ ਨੂੰ ਆਪਣੇ ਜਾਤੀ ਫਾਇਦੇ ਦੀ ਵੀ ਲੋੜ ਹੁੰਦੀ ਹੈ ਵੀ ਮੈਂ ਕਸ਼ਮੀਰ 'ਚ ਬੈਠਾ, ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮੇਰੇ ਨਾਲ ਹੈ, ਚਲੋ ਮੈਨੂੰ ਉਹਦਾ ਫਾਇਦਾ ਮਿਲ ਜਾਏਗਾ। ਇਸ ਕਰਕੇ ਉਹਨਾਂ ਨੇ ਸਾਰਾ ਡਰਾਮਾ ਕੀਤਾ ਉਹਨਾਂ ਨੂੰ ਨਾਲ ਲੈ ਕੇ। ਜਦੋਂ ਉੱਥੇ ਸ਼ਨੀਵਾਰ ਰਾਤ ਨੂੰ ਜਦੋਂ ਸਾਰੇ ਉਹ ਸਿੱਖ ਬੱਚੀ ਨੂੰ ਲੈ ਕੇ ਆਏ ਨੇ ਕੋਰਟ 'ਚੋਂ ਛੁਡਵਾ ਕੇ, ਅਤੇ ਐਤਵਾਰ ਸਵੇਰੇ ਉੱਥੇ ਇੱਕ ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉੱਥੇ ਦੇ ਇੱਕ ਸਾਰੇ ਸਿੱਖ ਵੀਰਾਂ ਨੂੰ, ਯੂਥ ਨੂੰ ਇੱਕ ਸੰਦੇਸ਼ ਦਿੱਤਾ, ਇਕੱਠਾ ਕੀਤਾ ਵੀ ਕੱਲ੍ਹ ਉੱਥੇ ਇੱਕ ਮੀਟਿੰਗ ਹੈ, ਤੁਸੀਂ ਆਉਣਾ। ਉਹਦੇ ਪਿੱਛੇ ਸੋਚ ਉਹਨਾਂ ਦੇ ਕੁਝ ਹੋਰ ਸੀ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਏਅਰਪੋਰਟ ਤੋਂ ਸਿੱਧਾ ਉੱਥੇ ਆਉਣਾ ਸੀ, ਉਹਨਾਂ ਨੇ ਐਸਾ ਇੱਕ ਟਾਈਮ ਰੱਖਿਆ ਸਿਰਸਾ ਸਾਹਿਬ ਨੇ ਉੱਥੇ ਅੱਗੇ ਦੇਖਿਆ, ਜਦੋਂ ਉੱਥੇ ਸਾਰੇ ਲੋਕ, ਸਾਰੇ ਵੀਰ, ਸਾਰੇ ਸਿੱਖ ਨੌਜਵਾਨ ਇਕੱਠੇ ਹੋਏ ਹੋਏ ਸੀ, ਤਾਂ ਉਹਨਾਂ ਦਾ ਜਿਹੜਾ ਰੋਸ਼ ਸੀ ਉਸ ਰੋਸ਼ ਨੂੰ ਫਾਇਦਾ ਉਠਾਉਣਾ ਸੀ, ਪ੍ਰੋਟੈਸਟ ਬਣਾਉਣਾ ਸੀ, ਉਹਨਾਂ ਨੇ ਉੱਥੇ ਸੜਕਾਂ ਦੇ ਉੱਤੇ ਬੈਠ ਕੇ ਔਰ ਮੁਜ਼ਾਹਰਾ ਕਰਨਾ ਸ਼ੁਰੂ ਕਰ ਦਿੱਤਾ, ਜਿਹੜਾ
ਕਿ ਬਹੁਤ ਹੀ ਮੰਦਭਾਗੀ ਘਟਨਾ ਸਾਡੇ ਸਿੱਖਾਂ ਵਾਸਤੇ, ਜਿੱਦਾਂ ਕਿ ਬਹੁਤ ਗਲਤ ਮੈਸੇਜ ਗਿਆ ਵੇ ਉੱਥੇ ਦੇ ਲੋਕ ਇੰਨੇ ਪਰੇਸ਼ਾਨ ਨੇ, ਜਿਹੜੇ ਖਾਸ ਕਰਕੇ ਮੁਸਲਿਮ ਵੀਰ ਨੇ ਜੋ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਉੱਤੇ ਬਿਆਨ ਦਿੱਤੇ ਨੇ ਬਈ ਅਸੀਂ ਬੰਦੂਕ ਦੀ ਨੋਕ ਨਾਲ ਇਹ ਕਰ ਦਾਂਗੇ ਵੋ ਕਰ ਦਾਂਗੇ, ਉਹਦੀ ਵਜ੍ਹਾ ਕਰਕੇ ਸਾਡੇ ਸਾਰੇ ਜਿਹੜੇ ਮੁਸਲਿਮ ਵੀਰ ਔਰ ਸਿੱਖ ਵੀਰ ਨੇ ਸਭ ਦੀ ਭਾਵਨਾਵਾਂ ਨੂੰ ਬਹੁਤ ਜ਼ਬਰਦਸਤ ਠੇਸ ਲੱਗੀ ਹੈ। ਉਸ ਲੜਕੀ ਦੇ ਨਾਲ ਤੁਹਾਡੀ ਕੀ ਗੱਲਬਾਤ ਹੋਈ ਉਸ ਸਮੇਂ ਦੌਰਾਨ ਜਦੋਂ ਤੁਸੀਂ ਉਹਨੂੰ ਮਿਲੇ ਆ? ਇਹ ਘਟਨਾ ਸਾਰੀ ਕਹਾਣੀ ਕੀ ਵਾਪਰੀ ਆ, ਮਤਲਬ ਕਿਉਂ ਇਹ ਮਜਬੂਰੀ ਕਾਰਨ ਜਾਂ ਕਿਉਂ ਬੱਚੀ ਜਿਹੜੀ ਆ ਇੰਨਾ ਉਹਨੇ ਸਟੈਪ ਚੱਕ ਲਿਆ ਵੀ ਧਰਮ ਤਬਦੀਲ ਕਰਨ ਦਾ? ਅਤੇ ਜਿਹਦੇ ਨਾਲ ਉਹ ਲੜਕੀ ਵਿਆਹ ਕਰਾਉਣਾ ਚਾਹੁੰਦੀ ਸੀ ਉਸ ਲੜਕੇ ਦੀ ਮੁਸਲਮਾਨ ਦੀ, ਉਹਦੀ ਉਮਰ ਕਿੰਨੀ ਸੀ ਜੀ? ਦੇਖੋ ਜੀ, ਉਹਦੀ ਉਮਰ ਜਿਵੇਂ ਕਿਹਾ ਜਾ ਰਿਹਾ ਵੀ ਉਹਦੀ ਉਮਰ ਕਾਫੀ ਜ਼ਿਆਦਾ ਹੈਗੀ ਸੀ, ਲੇਕਿਨ ਨਾ ਉਹਦੇ ਨਾਲ ਕੋਈ ਧਰਮ ਪਰਿਵਰਤਨ ਹੋਇਆ ਅਤੇ ਨਾ ਉਹਦਾ ਕੋਈ ਨਿਕਾਹ ਹੋਇਆ ਵੇ, ਨਿਕਾਹ ਨਹੀਂ ਹੋਇਆ। ਜਦਕਿ ਅਸੀਂ ਜਦੋਂ ਸਰਨਾ ਸਾਹਿਬ ਨੇ ਉਸਨੂੰ ਉਹਦੀ ਕੌਂਸਲਿੰਗ ਕੀਤੀ, ਉਹਨੂੰ ਆਪਣੇ ਸਿੱਖ ਇਤਿਹਾਸ ਦੇ ਬਾਰੇ ਦੱਸਿਆ, ਔਰ ਉਹਦਾ ਇੱਕਦਮ ਸਾਰਾ ਮਾਹੌਲ ਹੀ ਚੇਂਜ ਹੋ ਗਿਆ, ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਹੈ। ਔਰ ਸ਼ਾਮ ਤੱਕ ਜਿਹੜਾ ਸਾਡੇ ਉੱਥੇ ਸਿੱਖ ਵੀਰ ਹੈਗੇ ਨੇ, ਸਿੱਖ ਪਰਿਵਾਰ ਨੇ ਜਿਹੜੇ, ਉਹਨਾਂ ਨੇ ਉਸ ਬੱਚੀ ਦਾ ਐਸਾ ਮਨ ਬਦਲਿਆ ਬਈ ਅਸੀਂ ਉਹਨੂੰ ਸ਼ਾਮ ਤੱਕ ਰਾਜੀ ਕਰ ਲਿਆ, ਬਈ ਨਹੀਂ ਅਸੀਂ ਤਾਂ ਤੇਰਾ ਵਿਆਹ ਇੱਕ ਗੁਰਸਿੱਖ ਪਰਿਵਾਰ 'ਚ ਕਰਨਾ। ਜਿਹੜਾ ਉਹ ਬੱਚੀ ਰਾਜੀ ਹੋ ਗਈ ਔਰ ਅਗਲੇ ਦਿਨ ਸਵੇਰੇ ਸਵੇਰੇ ਜਾ ਕੇ ਅਸੀਂ ਉਹਦੇ ਆਨੰਦ ਕਾਰਜ ਕਰਵਾ। ਕੌਂਸਲਿੰਗ ਸਮੇਂ ਉਹ ਲੜਕੀ ਜਿਹੜੀ ਸੀ, ਬੱਚੀ ਸੀ, ਉਹ ਦਬਾਅ ਦੇ ਵਿੱਚ ਲੱਗ ਰਹੀ ਸੀ ਜਾਂ ਤਣਾਅ ਦੇ ਵਿੱਚ ਲੱਗ ਰਹੀ ਸੀ ਤੁਹਾਨੂੰ? ਦੇਖੋ, ਦਬਾਅ ਅਤੇ ਤਣਾਅ ਤਾਂ ਹੁੰਦਾ ਹੀ ਆ, ਹਰ ਘਰ 'ਚ ਪਰੇਸ਼ਾਨੀ ਹੁੰਦੀ ਜਦੋਂ ਇਹੋ ਜਿਹਾ ਮਾਹੌਲ ਹੋ ਜਾਏ, ਕਿਉਂਕਿ ਇਹ ਜਿਹੜੀ ਖਬਰ ਸੀ ਸਿਰਫ ਸ਼੍ਰੀਨਗਰ 'ਚ ਨਹੀਂ, ਦਿੱਲੀ 'ਚ ਨਹੀਂ, ਪੂਰੇ ਹਿੰਦੁਸਤਾਨ ਨਹੀਂ, ਪੂਰੀ ਦੁਨੀਆ ਦੇ ਵਿੱਚ ਫੈਲ ਚੁੱਕੀ ਸੀ, ਜਿਹੜਾ ਕਿ ਸਾਡੇ ਵਾਸਤੇ ਇੱਕ ਬੜਾ ਹੀ ਖਾਸ ਕਰਕੇ ਉਸ ਪਰਿਵਾਰ ਵਾਸਤੇ ਬੜੀ ਮੰਦਭਾਗੀ ਘਟਨਾ ਵੀ, ਅਗਰ ਕਿਸੇ ਪਰਿਵਾਰ ਦੀ ਕੋਈ ਖਬਰ ਕਿਸੇ ਦੇ ਕੋਲ ਪਹੁੰਚ ਜਾਵੇ ਤਾਂ ਬੜੀ ਮੰਦਭਾਗੀ ਘਟਨਾ ਸੀ। ਲੇਕਿਨ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਹੈ ਵੀ ਸਾਰਾ ਮਾਹੌਲ ਬਹੁਤ ਅੱਛਾ ਹੋ ਗਿਆ ਔਰ ਉਸ ਬੱਚੀ ਦਾ ਇੱਕ ਗੁਰਸਿੱਖ ਪਰਿਵਾਰ ਦੇ ਵਿੱਚ ਗੁਰਸਿੱਖ ਬੱਚੇ ਨਾਲ ਆਨੰਦ ਕਾਰਜ ਹੋ ਗਿਆ। ਮੁਸਲਮਾਨ ਧਾਰਮਿਕ ਆਗੂ ਅਤੇ ਰਾਜਨੀਤਿਕ ਨੇਤਾ, ਇਹਨਾਂ ਨੇ ਇੰਨੀ ਦੇਰੀ ਕਿਉਂ ਕਰ ਦਿੱਤੀ ਅੱਗੇ ਆਉਣ ਵਾਸਤੇ, ਅਤੇ ਇਹਨਾਂ ਨੇ ਉਸ ਚੀਜ਼ ਨੂੰ ਕੰਡਮ ਕਿਉਂ ਨਹੀਂ ਕੀਤਾ? ਦੇਖੋ, ਮੁਸਲਮਾਨ ਵੀਰਾਂ ਨਾਲ ਜਿਹੜੀ ਸਾਡੀ ਮੀਟਿੰਗ ਹੋਈ ਹੈ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ, ਜਿਹੜੇ ਉੱਥੇ ਇਮਾਮ ਜਿਹੜੇ ਨੇ ਮਸਜਿਦਾਂ ਦੇ ਜਾਂ ਜਿਹੜੇ ਮੀਰ ਵਾਈਸ ਦੇ ਜਿਹੜੇ ਉਹਦੇ ਗਰੁੱਪ ਮੌਲਵੀ ਨੇ, ਉਹਨਾਂ ਨਾਲ ਸਾਡੀ ਜਿਹੜੀ ਮੀਟਿੰਗ ਹੋਈ ਹੈ, ਉਹਨਾਂ ਨੇ ਬਕਾਇਦਾ ਸਾਨੂੰ ਕਿਹਾ ਬਈ ਸਾਡੇ ਇੱਥੋਂ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਮਿਲੇਗੀ ਅੱਗੋਂ ਤੋਂ। ਜੋ ਦੇਖੋ, ਇਹ ਇੱਕ ਹਾਦਸਾ ਹੈਗਾ, ਇੱਕ ਘਟਨਾ ਹੈਗੀ ਹੈ, ਜਿਹੜੀ ਇੱਕਾ ਦੁੱਕਾ ਘਟਨਾ ਹਾਦਸੇ ਅਕਸਰ ਹੋ ਜਾਂਦੇ ਨੇ। ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਜਦੋਂ ਕਸ਼ਮੀਰ ਦੇ ਹਾਲਾਤ ਬਹੁਤ ਖਰਾਬ ਸੀ, ਸਾਡੇ ਕਸ਼ਮੀਰੀ ਜਿਹੜੇ ਹਿੰਦੂ ਵੀਰ ਨੇ, ਜਿਹੜੇ ਹਿੰਦੂ ਪੰਡਿਤ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹ ਸਾਰੇ ਡਾਈਵਰਟ ਹੋ ਕੇ, ਮਾਈਗ੍ਰੇਟ ਹੋ ਕੇ ਸਾਰੇ ਕੋਈ ਦਿੱਲੀ, ਕੋਈ ਜੰਮੂ, ਅਲੱਗ ਅਲੱਗ ਜਗ੍ਹਾ 'ਤੇ ਆ ਗਏ। ਲੇਕਿਨ ਸਿੱਖ ਪਰਿਵਾਰ ਅੱਜ ਵੀ ਉੱਥੇ ਨੇ, ਕਈ ਮਜਬੂਰੀਆਂ ਦੇ ਕਾਰਨ, ਬਈ ਕਈਆਂ ਕੋਲ ਕਾਰੋਬਾਰ ਨਹੀਂ ਸੀ ਜਾਂ ਕਈ ਨੌਕਰੀਆਂ ਦੇ ਕਾਰਨ ਉੱਥੋਂ ਬਾਹਰ ਚਲੇ ਗਏ, ਅਦਰਵਾਈਜ਼ ਅੱਜ ਵੀ ਸਾਡੇ ਸਿੱਖ ਉੱਥੇ ਮੌਜੂਦ ਹੈਗੇ ਨੇ ਔਰ ਆਪਣੇ ਆਪ ਨੂੰ ਸੇਫ ਸਮਝਦੇ ਨੇ ਕਸ਼ਮੀਰ ਦੇ ਵਿੱਚ। ਅਤੇ ਇਸ ਕਰਕੇ ਸਾਨੂੰ ਪੂਰੀ ਕੋਆਪਰੇਸ਼ਨ ਮਿਲੀ ਹੈ। ਸਭ ਤੋਂ ਵੱਡੀ ਗੱਲ, ਜਿਹੜਾ ਪ੍ਰਸ਼ਾਸਨ ਹੈ, ਅਸੀਂ ਜਦੋਂ ਗਵਰਨਰ ਸਾਹਿਬ ਨੂੰ ਮਿਲੇ, ਗਵਰਨਰ ਸਾਹਿਬ ਨੇ ਦੱਸਿਆ ਵੀ ਜਿਹੜੇ ਸਾਡੇ ਉੱਥੇ ਦੇ SSP ਸਾਹਿਬ ਨੇ, ਉਹਨਾਂ ਨੇ ਪੂਰਾ ਸਾਡੀ ਸਿੱਖ ਕਮਿਊਨਿਟੀ ਦਾ ਸਾਥ ਦਿੱਤਾ ਹੈ। ਅਸਲ ਵਿੱਚ ਜ਼ਮੀਨੀ ਹਕੀਕਤ ਕੀ ਹੈ ਕਿ ਜਿਹੜੀਆਂ ਸਿੱਖ ਲੜਕੀਆਂ ਉਹ ਮੁਸਲਮਾਨ ਲੜਕਿਆਂ ਵੱਲ ਜ਼ਿਆਦਾ ਅਟਰੈਕਟ ਹੋ ਰਹੀਆਂ, ਅਤੇ ਇਹ ਲਵ ਮੈਰਿਜ ਹੈ ਜਾਂ ਲਵ ਜਿਹਾਦ ਇਹਨੂੰ ਕਹਿ ਸਕਦੇ ਹਾਂ, ਇਸ ਐਂਗਲ ਨੂੰ ਕਿਸ ਤਰ੍ਹਾਂ ਦੇਖਾਂਗੇ? ਦੇਖੋ ਜੀ, ਲਵ ਮੈਰਿਜ ਜਾਂ ਲਵ ਜ਼ਿਆਦਾ ਕੁਛ ਨਹੀਂ ਕਿਹਾ ਜਾ ਸਕਦਾ, ਕਿਉਂਕਿ ਕਈ ਵਾਰੀ ਨਾ ਬੱਚਿਆਂ ਦੇ ਬ੍ਰੇਨ ਵਾਸ਼ ਕਰ ਦਿੱਤੇ ਜਾਂਦੇ ਨੇ, ਬੱਚਿਆਂ ਦੇ ਉੱਤੇ ਇੰਨਾ ਦਬਾਅ ਪਾ ਦਿੱਤਾ ਜਾਂਦਾ ਬਈ ਕਈ ਵਾਰੀ ਬੱਚੇ ਕਿਸੇ ਕਈ ਕਈ ਜਗ੍ਹਾ ਤੋਂ ਆਪਣੇ ਰਸਤਿਆਂ ਤੋਂ ਭਟਕ ਜਾਂਦੇ ਨੇ, ਅਕਸਰ ਦੇਖਿਆ ਗਿਆ ਵੀ। ਕਿਉਂਕਿ ਅਸਲ ਵਿੱਚ ਦੋ ਵੀਡੀਓ ਜਿਹੜੀਆਂ ਆਮ ਦੋ ਲੜਕੀਆਂ ਦੀਆਂ ਉਹ ਆਈਆਂ, ਉਹਨਾਂ ਨੇ ਕਿਹਾ ਵੀ ਆਪਾਂ ਆਪਣੀ ਮਰਜ਼ੀ ਦੇ ਨਾਲ ਹੀ ਕਰ ਰਹੀਆਂ, ਆਪਾਂ ਧਰਮ ਪਰਿਵਰਤਨ ਜਿਹੜਾ ਹੋ ਰਿਹਾ ਅਸੀਂ ਆਪਣੀ ਮਰਜ਼ੀ ਦੇ ਨਾਲ ਕਰ ਰਹੀਆਂ, ਇਹਦਾ ਵੀ ਕੁਛ? ਦੇਖੋ, ਕਈ ਵਾਰੀ ਕਈ ਵੀਡੀਓ ਤੁਸੀਂ ਦੇਖਿਆ ਹੋਣਾ, ਕਈ ਲੋਕ ਕਈ ਪ੍ਰੈਸ਼ਰ ਪਾ ਕੇ ਵੀ ਵੀਡੀਓ ਬਣਵਾ ਦਿੰਦੇ ਨੇ ਆਪਣੇ ਹੱਕ ਦੇ ਵਿੱਚ। ਹੁਣ ਉਹਦੇ ਪਿੱਛੇ ਕੀ ਚਾਲ ਹੈ, ਕਿਸ ਨੇ ਬਣਵਾਈ ਹੈ, ਕਿੰਨੇ ਵਾਇਰਲ ਕੀਤੀ ਹੈ, ਇਹ ਤਾਂ ਉਹ ਹੀ ਜਾਣਦੇ ਨੇ ਜਿਨ੍ਹਾਂ ਨੇ ਕੀਤਾ ਵੇ। ਪਰ ਮੈਨੂੰ ਐਵੇਂ ਲੱਗਦਾ ਵੀ ਇਹਦੇ ਪਿੱਛੇ ਵੀ ਕੋਈ ਨਾ ਕੋਈ ਐਸੀ ਸਾਜ਼ਿਸ਼ ਹੈ ਜਿਹੜੀ ਨਜ਼ਰ ਆ ਰਹੀ ਹੈ। MP ਅਤੇ UP ਦੇ ਵਿੱਚ ਐਂਟੀ ਕਰਵਰਜ਼ਨ ਜਿਹੜਾ ਲੋਅ ਆ ਉਹ ਹੈ ਲਾਗੂ ਹੋਇਆ, ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਦਲ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਵੀ ਇਹ ਕਾਨੂੰਨ ਇੱਥੇ ਵੀ ਹੋਣਾ ਚਾਹੀਦਾ। ਦੇਖੋ, ਜਦੋਂ ਸਾਡੀ ਉੱਥੇ ਮੀਟਿੰਗ ਹੋਈ ਉੱਥੇ ਕਈ ਲੋਕਾਂ ਦੇ ਨਾਲ, ਅਤੇ ਸਰਨਾ ਸਾਹਿਬ ਨੇ ਇੱਕ ਬੜੀ ਅੱਛੀ ਗੱਲ ਕਹੀ ਹੈ ਬਈ ਕਾਨੂੰਨ ਤਾਂ ਪੂਰੀ ਦੁਨੀਆ 'ਚ ਬਣੇ ਹੋਏ ਨੇ, ਬਈ ਕੋਈ ਅਗਰ ਕਿਸੇ ਦਾ ਕਤਲ ਕਰਦਾ, ਕਿਸੇ ਦਾ ਰੇਪ ਕਰਦਾ, ਕੋਈ ਚੋਰੀ ਕਰਦਾ, ਕੋਈ ਡਾਕੇ ਮਾਰਦਾ, ਹਰ ਤਰ੍ਹਾਂ ਦੇ ਸਖਤ ਤੋਂ ਸਖਤ ਕਾਨੂੰਨ ਬਣੇ ਹੋਏ ਨੇ, ਸਿਰਫ ਇੰਡੀਆ ਨਹੀਂ ਹਰ ਕੰਟਰੀ ਦੇ ਵਿੱਚ, ਕਿ ਚੋਰੀਆਂ, ਡਕੈਤੀਆਂ ਔਰ ਰੇਪ ਜਾਂ ਕੇਸ ਖਤਮ ਹੋ ਗਏ ਨੇ ਜਾਂ ਕਤਲ ਖਤਮ ਹੋ ਗਏ ਨੇ ਕਾਨੂੰਨ ਬਣਨ ਦੇ ਬਾਵਜੂਦ। ਕੀ ਲਵ ਜਹਾਦ ਦਾ ਅਗਰ ਕਾਨੂੰਨ ਬਣ ਵੀ ਜਾਏਗਾ ਤਾਂ ਕੀ ਇਹ ਕੇਸ ਖਤਮ ਹੋ ਜਾਣਗੇ? ਉਹਨਾਂ ਨੇ ਇੱਕੋ ਗੱਲ ਕਹੀ ਸੀ ਬਈ ਤੁਸੀਂ ਆਪਣਾ ਪ੍ਰਭਾਵ, ਤੁਸੀਂ ਆਪਣੇ ਆਪ ਨੂੰ ਪ੍ਰੈਜੈਂਟੇਸ਼ਨ ਇਹੋ ਜਿਹੀ ਰੱਖੋ ਬਈ ਕੱਲ੍ਹ ਅਗਰ ਸਰਕਾਰ ਨੂੰ ਜਾਂ ਕਿਸੇ ਜਮਾਇਤ ਨੂੰ ਕੋਈ ਲੋੜ ਪਵੇ ਤਾਂ ਤੁਹਾਡੀ ਪ੍ਰੈਜੈਂਟੇਸ਼ਨ ਉਹਦੇ ਵਿੱਚ ਨਾਲ ਜ਼ਰੂਰ ਹੋਣੀ ਚਾਹੀਦੀ ਹੈ। ਕੋਈ ਮੀਟਿੰਗ ਹੋਵੇ ਤਾਂ ਤੁਹਾਡੇ ਹੀ ਕਮਿਊਨਿਟੀ ਦੇ ਲੋਕ ਉਹਦੇ ਵਿੱਚ ਹੋਣੇ ਚਾਹੀਦੇ ਨੇ, ਜਿਹਦੇ ਕਰਕੇ ਕਾਨੂੰਨ ਹੋਵੇ ਨਾ ਹੋਵੇ ਲੇਕਿਨ ਸਾਡੀ ਪ੍ਰੈਜੈਂਟੇਸ਼ਨ, ਸਾਡਾ ਪ੍ਰਭਾਵ ਉਹਦੇ ਵਿੱਚ
ਉੱਥੋਂ ਕਸ਼ਮੀਰ ਤੋਂ ਅਤੇ ਇੱਥੇ ਆਣ ਕੇ ਉਹਨਾਂ ਨਾਲ ਇਹ ਬਿਆਨਬਾਜ਼ੀ ਕੀਤੀ ਹੈ, ਇਹ ਵਾਅਦਾ ਕੀਤਾ ਮੈਂ ਇਹਨਾਂ ਨੂੰ ਜੋਬ ਦਿਆਂਗਾ, ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਜੀ, ਮੈਂ ਜਿਵੇਂ ਪਹਿਲੇ ਵੀ ਕਈ ਵਾਰੀ ਕਹਿ ਚੁੱਕਾ ਵੀ ਸਿਰਸਾ ਸਾਹਿਬ ਇੱਕ ਪੋਲੀਟੀਸ਼ੀਅਨ ਹੈਗੇ ਨੇ ਔਰ ਉਹਨਾਂ ਦਾ ਕੰਮ ਹੀ ਹਮੇਸ਼ਾ ਪੋਲੀਟਿਕਸ ਕਰਨਾ ਹੁੰਦਾ ਹੈ, ਕਿਉਂਕਿ ਉਹ ਐਸੀ ਦਲਦਲ ਦੇ ਵਿੱਚ ਫਸਦੇ ਜਾ ਰਹੇ ਨੇ, ਕਿਉਂਕਿ ਇੱਕ ਵਾਰੀ ਜਦੋਂ ਬੰਦਾ ਦਲਦਲ 'ਚ ਫਸ ਜਾਂਦਾ ਫਿਰ ਉਹਦਾ ਨਿਕਲਣਾ ਬੜਾ ਮੁਸ਼ਕਿਲ ਹੁੰਦਾ, ਉਹ ਜਿੰਨਾ ਮਰਜ਼ੀ ਹੱਥ ਪੈਰ ਮਾਰੇ ਉਹ ਫਸਦਾ ਜਾਂਦਾ। ਅੱਜ ਉਹਨਾਂ ਦੇ ਹਾਲਾਤ ਇਹੋ ਜਿਹੇ ਹੋ ਗਏ ਨੇ ਵੀ ਤੁਸੀਂ ਦੇਖਿਓ ਹੋਣਾ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੁੰਦਿਆਂ, ਵੈਸੇ ਮੈਂ ਉਹਨਾਂ ਨੂੰ ਪ੍ਰਧਾਨ ਮੰਨਦਾ ਨਹੀਂ ਹਾਂ, ਮੈਂ ਪਹਿਲੇ ਵੀ ਕਈ ਵਾਰੀ ਕਹਿ ਚੁੱਕਾ ਵੀ ਉਹ ਕਾਰਜਕਾਰਨੀ ਮੈਂਬਰ ਹੈਗੇ ਨੇ ਪ੍ਰਧਾਨ, ਕਿਉਂਕਿ ਕਾਲਕਾ ਜੀ ਦੀ ਇੱਕ ਬਾਈਟ ਮੈਂ ਸੁਣੀ ਸੀ, ਕਾਲਕਾ ਜੀ ਨੇ ਕਿਹਾ ਸੀ ਵੀ ਜਦੋਂ 21 ਮੈਂਬਰਾਂ ਨੇ ਉਹਨਾਂ ਨੇ ਚਿੱਠੀ ਲਿਖ ਕੇ ਦਿੱਤੀ ਸੀ ਬਈ ਤੁਸੀਂ ਇੱਕ ਇਜਲਾਸ ਬੁਲਾਓ, ਇੱਕ ਮੀਟਿੰਗ ਬੁਲਾਓ, ਜਨਰਲ ਹਾਊਸ ਬੁਲਾਓ, ਅਤੇ ਉਹਨਾਂ ਨੇ ਕਹਿਤਾ ਸੀ ਕਿਉਂਕਿ ਇਲੈਕਸ਼ਨ ਅਨਾਊਂਸ ਹੋ ਚੁੱਕੇ ਨੇ ਔਰ ਕੋਡ ਆਫ ਕੰਡਕਟ ਲਾਗੂ ਹੋ ਚੁੱਕੀ, ਆਚਾਰ ਸੰਹਿਤਾ ਲਾਗੂ, ਇਸ ਕਰਕੇ ਅਸੀਂ ਵੀ ਸਾਡੇ ਕੋਲ ਪਾਵਰ ਹੀ ਨਹੀਂ ਮੀਟਿੰਗ ਬੁਲਾਉਣ ਦੀ। ਅਗਰ ਉਹਨਾਂ ਕੋਲ ਪਾਵਰ ਹੀ ਨਹੀਂ ਮੀਟਿੰਗ ਬੁਲਾਉਣ ਦੀ ਤਾਂ ਉਹ ਆਪਣੇ ਆਪ ਨੂੰ ਪ੍ਰਧਾਨ ਜਾਂ ਜਨਰਲ ਸੈਕਟਰੀ ਕਲਾਨ ਦੇ ਹੱਕਦਾਰ ਵੀ ਨਹੀਂ ਨੇ। ਖੈਰ ਮੈਂ ਗੱਲ ਕਰ ਸਕਦਾ ਸਿਰਸਾ ਸਾਹਿਬ ਦੀ। ਪਿਛਲੇ ਦਿਨਾਂ ਦੇ ਵਿੱਚ ਜੋ ਦਿੱਲੀ ਦੇ ਵਿੱਚ ਮੰਦਭਾਗੀਆਂ ਘਟਨਾ ਹੋਈਆਂ, ਜਦੋਂ ਤੁਸੀਂ ਦੇਖਿਆ ਹੋਣਾ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਵਿੱਚ ਜਿਹੜਾ ਕੋਵਿਡ ਸੈਂਟਰ ਬਣਾਇਆ, ਉਹਦੇ ਵਿੱਚ ਜਿਹੜਾ ਨਾਚ ਗਾਣੇ ਕੀਤੇ ਗਏ ਨੇ, ਲੱਚਰ ਗਾਣੇ ਗਾਏ ਗਏ ਨੇ, ਗੁਰੂ ਘਰ ਦੀ ਮਰਿਆਦਾ ਨੂੰ ਬਹੁਤ ਜ਼ਬਰਦਸਤ ਇੱਕ ਠੇਸ ਲੱਗੀ ਹੈ। ਔਰ ਉਸ ਤੋਂ ਬਾਅਦ ਉਹ ਡਾਕਟਰ ਵੀ ਨਕਲੀ ਨਿਕਲੇ ਨੇ, ਜਿਹੜਾ ਕਿ ਸਰਦਾਰ ਗੁਰਮੀਤ ਸਿੰਘ ਸ਼ੰਟੀ ਨੇ ਵੀ ਇਹ ਖੁਲਾਸਾ ਕੀਤਾ ਔਰ ਇਹਦਾ ਇਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਉਸ ਤੋਂ ਬਾਅਦ ਇੱਕ ਬੜਾ ਵੱਡਾ ਮੁੱਦਾ ਜਿਹੜਾ ਸੁਰਖੀਆਂ 'ਚ ਆਇਆ, ਜਿਹਦੇ ਨਾਲ ਸਿੱਖ ਧਰਮ ਦੇ ਸਾਡੇ ਸਿੱਖਾਂ ਵੀਰਾਂ ਦੇ ਹਿੰਦਰੇ ਬਲੂੰਦੜੇ ਗਏ ਨੇ। ਗੁਰਦੁਆਰਾ ਸੀਸਗੰਜ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਸ਼ਹੀਦੀ ਸਥਾਨ ਦੇ ਉੱਤੇ ਜਦੋਂ ਪਾਰਕਿੰਗ ਵਾਲਾ ਰਸਤਾ ਬੰਦ ਕੀਤਾ ਗਿਆ ਔਰ ਉਹਦੇ ਉੱਤੇ 20,000 ਰੁਪਏ ਦਾ ਚਲਾਨ ਲਗਾ ਦਿੱਤਾ ਗਿਆ ਟ੍ਰੈਫਿਕ ਪੁਲਿਸ ਵੱਲੋਂ, ਸਿਰਸਾ ਸਾਹਿਬ ਔਰ ਇਹਨਾਂ ਦੀ ਕਮੇਟੀ ਨੇ ਹਾਈ ਕੋਰਟ 'ਚ ਕੇਸ ਪਾਇਆ ਸੀ, ਜਿਹੜਾ ਕਿ ਤਕਰੀਬਨ 7 ਮਹੀਨੇ ਪਹਿਲਾਂ ਕੇਸ ਡਿਸਮਿਸ ਹੋ ਚੁੱਕਾ ਸੀ। ਸਭ ਤੋਂ ਵੱਡਾ ਗੁਨਾਹ ਮਨਜਿੰਦਰ ਸਿੰਘ ਸਿਰਸਾ ਜੀ ਦਾ, ਬਈ ਉਹਨਾਂ ਨੇ ਅਗਰ ਕੇਸ ਡਿਸਮਿਸ ਹੋਇਆ ਸੀ ਤਾਂ ਸੰਗਤ ਨੂੰ ਕਿਉਂ ਨਹੀਂ ਰੂਬਰੂ ਕਰਾਇਆ, ਉਹਦੇ ਕਿਉਂ ਨਹੀਂ ਦੱਸਿਆ? ਅਗਰ ਹੋਇਆ ਸੀ ਡਿਸਮਿਸ ਤਾਂ ਡਬਲ ਬੈਂਚ 'ਚ ਉਹਦੇ 'ਤੇ ਦੁਬਾਰਾ ਕੇਸ ਕਿਉਂ ਨਹੀਂ ਪਾਇਆ? ਫਿਰ ਉਸ ਤੋਂ ਬਾਅਦ ਪੰਜਾਬੀ ਬਾਗ ਦੇ ਵਿੱਚ ਜਿਹੜਾ ਇੱਕ ਦਰਬਾਰ ਸਾਹਿਬ ਦਾ ਇੱਕ ਰੈਪਲੀਕਾ ਬਣਾਇਆ ਗਿਆ, ਬੜੇ ਦੁੱਖ ਵਾਲੀ ਗੱਲ ਹੈ ਬਈ ਤਕਰੀਬਨ 1.5 ਕਿਲੋਮੀਟਰ 1.25 ਕਿਲੋਮੀਟਰ ਦੀ ਦੂਰੀ 'ਤੇ ਸਾਹਿਬ ਮਨਜਿੰਦਰ ਸਿੰਘ ਸਿਰਸਾ ਉੱਤੇ ਰਹਿੰਦੇ ਨੇ ਔਰ ਜਦੋਂ ਉਹਦਾ ਪਲਾਨ ਪਾਸ ਹੋਇਆ ਬਣਨ ਵਾਸਤੇ, ਉਸ ਵੇਲੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਉਸ ਦਿੱਲੀ ਦੇ MLA ਵੀ ਸੀ, ਉਹਨਾਂ ਦੀ ਨੱਕ ਦੇ ਥੱਲੇ ਉਹਨਾਂ ਦੇ ਹੁੰਦਿਆਂ ਹੋਇਆਂ ਜਦੋਂ ਰੈਪਲੀਕਾ ਦਾ ਇੱਕ ਬਣਾਉਣ ਦਾ ਪਾਸ ਕੀਤਾ ਗਿਆ, ਉਹਨਾਂ ਨੇ ਉਸ ਵੇਲੇ ਉਹਨਾਂ ਨੂੰ ਰੋਕਿਆ, ਕਿਉਂਕਿ ਉਹਨਾਂ ਨੂੰ ਹਮੇਸ਼ਾ ਇੱਕ ਮੁੱਦਾ ਚਾਹੀਦਾ ਹੁੰਦਾ ਹੈ। ਅਗਰ ਉਸ ਵੇਲੇ ਰੋਕ ਦਿੰਦੇ ਤਾਂ ਲੋਕਾਂ ਦੀ ਨਜ਼ਰਾਂ 'ਚ ਨਹੀਂ ਆਉਣਾ ਸੀ ਵੀ ਫਾਈਲ ਬੰਦ ਹੋ ਗਈ, ਰੁਕ ਗਿਆ, ਉਸ ਨੂੰ ਮੁੱਦਾ ਬਣਾ ਕੇ ਉਹਨੂੰ ਰੁਕਵਾ ਦਿੱਤਾ, ਰੁਕਵਾ ਕੇ ਹਾਈਲਾਈਟ ਕਰਤਾ, ਦੇਖੋ ਜੀ ਹਮਨੇ ਤੁੜਵਾ ਦਿਆ ਜੀ, ਹਮਾਰੇ ਮੈਂਬਰ ਖੜੇ ਹੈ ਜੀ, ਇਹ ਦੇਖੋ ਜੀ ਉਹ ਕਰਦੀ ਹੈ, ਇਹ ਕਰਦੀ ਹੈ, ਤਾਂ ਉਹ ਮੁੱਦਾ ਬਣਾਤਾ। ਉਹ ਸਾਰੇ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਵਾਸਤੇ, ਔਰ ਸਭ ਤੋਂ ਵੱਡਾ ਮੁੱਦਾ ਜਿਹੜਾ ਹੈ 21 ਮੈਂਬਰ ਜਿਹੜੇ ਇਹਨਾਂ ਦੀ ਹੀ ਕਮੇਟੀ ਦੇ ਮੈਂਬਰ ਨੇ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ, ਉਹ ਜਿਹੜੇ ਇਹਨਾਂ ਕੋਲ ਨਾਰਾਜ਼ ਹੋ ਕੇ ਇਹਨਾਂ ਦੇ ਗਲਤ ਕੰਮਾਂ ਨੂੰ ਦੇਖ ਕੇ ਅਲੱਗ ਹੋਏ ਨੇ, ਉਹਨਾਂ ਨੇ ਇੱਕ ਆਡਿਟ ਰਿਪੋਰਟ ਵਾਸਤੇ ਇਹਨਾਂ ਨੇ ਕਿਹਾ ਸੀ, ਜਿਹੜਾ ਇਹਨਾਂ ਨੇ ਡਿਲੋਇਟ ਕੰਪਨੀ ਤੋਂ ਆਡਿਟ ਕਰਵਾਈ ਸੀ ਵੀ ਆਡਿਟ ਰਿਪੋਰਟ ਪੇਸ਼ ਕੀਤੀ ਜਾਵੇ ਔਰ ਆਪਣੇ ਖਾਤਿਆਂ ਦੇ ਸਾਰੇ ਬਾਰੇ ਸਾਨੂੰ ਜਾਣਕਾਰੀ ਦਿਓ। ਉਹ ਸਾਰੀਆਂ ਗੱਲਾਂ ਤੋਂ ਧਿਆਨ ਨੂੰ ਡਾਇਵਰਟ ਕਰਨ ਵਾਸਤੇ ਇਹਨਾਂ ਨੇ ਜਿਹੜਾ ਕਸ਼ਮੀਰ ਜਾ ਕੇ ਆਪਣਾ ਇੱਕ ਗੇਮ ਖੇਲੀਏ, ਇੱਕ ਕਾਰਡ ਖੇਲਿਆ, ਉਹ ਮੈਂ ਸਮਝਦਾ ਵੀ ਕਾਰਡ ਵੀ ਇਹਨਾਂ ਨੂੰ ਪੁੱਠਾ ਪੈ ਗਿਆ ਔਰ ਪਏਗਾ, ਕਿਉਂਕਿ ਜਿਹੜਾ ਹੈ ਉੱਥੇ ਬਿਆਨ ਦੇ ਕੇ ਆਏ ਨੇ ਮੁਸਲਮਾਨਾਂ ਦੇ ਵੀਰਾਂ ਦੇ ਬਾਰੇ ਦੇ ਵਿੱਚ, ਬਈ ਉਹਨਾਂ ਨੇ ਬੰਦੂਕ ਦੀ ਨੋਕ 'ਤੇ ਅਸੀਂ ਇਹ ਕਰਾਂਗੇ ਉਹ ਕਰਾਂਗੇ, ਉਹਦੇ ਨਾਲ ਮੁਸਲਮਾਨ ਵੀਰਾਂ ਦੀ ਭਾਵਨਾ ਨੂੰ ਬਹੁਤ ਠੇਸ ਲੱਗੀ ਹੈ ਔਰ ਸ਼ਾਇਦ ਕੋਈ ਦੂਰ ਨਹੀਂ, ਸ਼ਾਇਦ ਬਹੁਤ ਜਲਦੀ ਮਨਜਿੰਦਰ ਸਿੰਘ ਸਿਰਸਾ ਦੇ ਉੱਤੇ ਇਹਦੇ ਉੱਤੇ FIR ਵੀ ਹੋ ਜਾਵੇ। ਹੁਣ ਜਿੱਥੋਂ ਤੱਕ ਤੁਸੀਂ ਗੱਲ ਕੀਤੀ ਹੈ ਜਿਹੜੀ, ਬਈ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਉੱਥੇ ਮੀਡੀਆ ਦੇ ਵਿੱਚ ਮਾਫ਼ੀ ਮੰਗੀ ਹੈ ਔਰ ਉੱਥੇ ਜਿਹੜੇ ਸਾਡੇ ਸਿੱਖ ਜਥੇਬੰਦੀਆਂ ਉਹਨਾਂ ਦੇ ਅੰਦਰ ਰੋਸ਼ ਹੈ, ਦੇਖੋ ਵੀਰ ਜੀ ਅਸੀਂ ਕਿਹੜੇ ਯੁੱਗ ਜੀ ਰਹੇ ਹਾਂ, ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ ਇੰਨਾ ਐਡਵਾਂਸ ਹੋ ਗਿਆ ਵੇ ਬਈ 1 ਸੈਕਿੰਡ ਦੇ ਵਿੱਚ ਕੋਈ ਵੀਡੀਓ ਕੋਈ ਮੂੰਹ 'ਚੋਂ ਬੰਦਾ ਗੱਲ ਕੱਢੇ ਤਾਂ ਪੂਰੀ ਦੁਨੀਆ 'ਚ ਵਾਇਰਲ ਹੋ ਜਾਂਦੀ, ਕੋਈ ਵੀਡੀਓ ਕਹੋ ਪਾਓ ਤਾਂ ਇੱਕਦਮ ਪੂਰੀ ਦੁਨੀਆ 'ਚ ਵਾਇਰਲ ਹੋ ਜਾਂਦੀ ਹੈ। ਅਗਰ ਜਿਹੜਾ ਸਿੱਖ ਸਾਡੀ ਜਥੇਬੰਦੀਆਂ ਇਸ ਗੱਲ ਤੋਂ ਨਾਰਾਜ਼ ਨੇ ਵੀ ਸਰਨਾ ਸਾਹਿਬ ਨੇ ਉੱਥੇ ਮਾਫ਼ੀ ਕਿਉਂ ਮੰਗੀ ਹੈ, ਉਹ ਮਾਫ਼ੀ ਨਹੀਂ ਮੰਗੀ, ਉਹਨਾਂ ਨੇ ਸਿਰਫ ਇੱਕੋ ਗੱਲ ਕਹੀ ਹੈ ਬਈ ਜਦੋਂ ਪ੍ਰੈਸ ਕਾਨਫਰੰਸ ਹੋਈ ਤਾਂ ਉਹਨਾਂ ਨੇ ਜਿਹੜੇ ਵੀਰਾਂ ਨੇ ਸਾਡੇ ਕੋਲ ਸਵਾਲ ਪੁੱਛੇ ਉੱਥੇ ਜਿਹੜੇ ਲੋਕਲ ਕਸ਼ਮੀਰੀ ਲੋਕਾਂ ਨੇ, ਬਈ ਸਰਨਾ ਸਾਹਿਬ ਆਪਕਾ ਇੱਕ ਬੰਦਾ ਯਹਾਂ ਸੇ ਆਇਆ ਉਸਨੇ ਇਹ ਬਾਤੇਂ ਕਹੀ ਹੈ, ਤਾਂ ਸਰਨਾ ਸਾਹਿਬ ਨੇ ਕਿਹਾ ਜੀ ਅਗਰ ਉਸਨੇ ਇਹ ਬਾਤ ਕਹੀ ਹੈ ਮੇਰਾ ਉਸੇ ਕੋਈ ਲੈਣਾ ਦੇਣਾ ਨਹੀਂ ਹੈ, ਲੇਕਿਨ ਇੱਕ ਸਿੱਖ ਦਿੱਲੀ ਸੇ ਆਇਆ ਇਸ ਵਜ੍ਹਾ ਸੇ ਅਗਰ ਉਸਨੇ ਕੁਛ ਗਲਤ ਬਾਤ ਕੀ ਹੈ ਤਾਂ ਉਸਕੇ ਬਿਹਾਫ ਪੇ ਮੈਂ ਮਾਫ਼ੀ ਮੰਗਤਾ ਹੂੰ। ਲੇਕਿਨ ਜਿਹੜੇ ਸਾਡੇ ਕੁਛ ਐਸੇ ਸ਼ਰਾਰਤੀ ਲੋਕ ਹੈਗੇ ਨੇ ਉਹਨਾਂ ਨੇ ਇਹ ਗੱਲ ਉਡਾਤੀ ਜੀ ਸਰਨਾ ਸਾਹਿਬ ਨੇ ਜੋ ਸਿੱਖ ਬੱਚੀ ਨਾਲ ਜਿਹੜਾ ਹਾਦਸਾ ਹੋਇਆ ਇਸ ਦੇ ਉੱਤੇ ਮਾਫ਼ੀ ਮੰਗੀ ਹੈ, ਸਰਨਾ ਸਾਹਿਬ ਨੇ ਸਿਰਫ ਮਨਜਿੰਦਰ ਸਿੰਘ ਸਿਰਸਾ ਦੀਆਂ ਜਿਹੜੀਆਂ ਗਲਤੀਆਂ ਨੇ ਉਹਨੂੰ ਕਵਰ ਕਰਨ ਵਾਸਤੇ ਉਹਦਾ ਨਾਂ ਲੈ ਕੇ ਵੀ ਉਹਦਾ ਨਾਂ ਮੇਰਾ ਲੈਣਾ ਦੇਣਾ ਨਹੀਂ, ਫਿਰ ਵੀ ਮੈਂ ਮਾਫ਼ੀ ਮੰਗਦਾ ਹਾਂ। ਸਿੱਖ ਨਿਊਜ਼ ਐਕਸਪ੍ਰੈਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ।
ਗੱਲਬਾਤ ਕਰ ਰਹੇ ਸਨ ਸਰਦਾਰ ਪਰਮਜੀਤ ਸਿੰਘ ਜੀ ਖੁਰਾਨਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਦਲ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।